ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਫਿਲਡਲਫੀਆ ਤੋਂ ਵੀਰ ਲਖਵੇਂਦਰ ਸਿੰਘ ਜੀ ਦੀ ਇਹ ਲਿਖਦੇ ਹਨ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਜਰਨਾਲ ਸਿੰਘ ਜੀ ਖਾਲਸਾ ਪਿੰਡ ਰਵਾਲਾ ਦੇ ਕੁਝ ਅਮੋਲਕ ਬਚਨ ਸਾਂਝੇ ਕਰਨ ਲੱਗਾ ਹਾਂ ਜੀ ਪਹਿਲਾ ਹੈ ਉਹਨਾਂ ਦਾ ਹਰ ਧਰਮ ਵਧੇ ਫੁੱਲੇ ਪਾਰਸਿਕ ਧਰਮ ਤੇ ਕੋਈ ਮਾਰੂ ਹਮਲਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਦੂਸਰਾ ਜੋ ਆਪਣੇ ਇਸ਼ਟ ਦੇ ਇਸ਼ਟ ਦੀ ਬੇਅਦਬੀ ਬਰਦਾਸ਼ਤ ਕਰੇ ਉਸ ਤੇ ਟਿਕਾਰ ਹੈ ਤੀਸਰਾ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਚੌਥਾ ਭਾਵੇਂ ਮੇਰੇ ਮਾਸ ਦੀ ਬੋਟੀ-ਬੋਟੀ ਵੀ ਕਰ ਦਿੱਤੀ ਜਾਵੇ ਤਾਂ ਵੀ ਮੈਂ ਬੇਇਨਸਾਫੀ ਦੇ ਖਿਲਾਫ ਲੜਦਾ ਰਹਾਗਾ ਪੰਜਵਾਂ ਮਰਨਾ ਸਿੱਖਾਂਗੇ ਤਾਈਂ ਗੁਲਾਮੀ ਸਿਰੋਂ ਲੱਥੇਗੀ ਛੇਵਾਂ ਮੇਰੀ ਜ਼ਿੰਦਗੀ ਪੰਥ ਵਾਸਤੇ ਧਰਮ ਅਸਥਾਨਾ ਵਾਸਤੇ ਲੱਗੇ ਸੱਤਵਾਂ ਜਿਉਣਾ ਹੈ ਤਾਂ ਅੰਖ ਨਾਲ ਮਰਨਾ ਤੇ ਪੰਥ ਲਈ ਅੱਠਵਾਂ ਐਸੇ ਵੇਲੇ ਸਿੱਖ ਦੀ ਪੱਗ ਲਾਉਣ ਲਈ ਹਿੰਦ ਸਰਕਾਰ ਤੁੱਲੀ ਹੋਈ ਹੈ ਪਰ ਇਹ ਸੁਪਨਾ ਪੂਰਾ ਹੋਣ ਵਾਲਾ ਨਹੀਂ ਨਵਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਪੁਲਿਸ ਜਾਂ ਮਿਲਟਰੀ ਦੇ ਦਾਖਲ ਹੋਣ ਨਾਲ ਖਾਲਸਾਣ ਦੀ ਨੀਂ ਰੱਖੀ ਜਾਵੇਗੀ ਜੀ ਰਸਾਬ ਅਵੀਰ ਲਖਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਫਿਲਡੈਲਫੀਆ ਤੋਂ ਲਿਖੇ ਜੀ ਉਹਨਾਂ ਨੇ ਸੰਜਨੈਲ ਸਿੰਘ ਜੀ ਖਾਲਸਾ ਪੰਡਾ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਉਹਨਾਂ ਦੇ ਅਨਮੋਲ ਬਚਨ ਜੋ ਜਿਹੜੇ ਨੇ ਸਾਂਝੇ ਕੀਤੇ ਨੇ ਉਹਨਾਂ 'ਚ ਕੀ ਐਡ ਕੀਤਾ ਜਾ ਸਕਦਾ ਹੈ ਮੈਨੂੰ ਸਮਝਦਾ ਹੈ ਵੀ ਸਿੱਧੇ ਦਿਲ ਨੂੰ ਛੂਣ ਵਾਲੇ ਨੇ ਕਿ ਗੁਰਮੀ ਦੇ ਸੰਗਲ ਕਟੋ ਔਰ ਜਿਹੜਾ ਇਨਸਾਫ ਲੈਣ ਲਈ ਜੇ ਤੁਸੀਂ ਜਿਉਂਦੇ ਹੋ ਤਾਂ ਹੀ ਤੁਸੀਂ ਇਨਸਾਫ ਲੈਣ ਲਈ ਖਲੋਵੋਗੇ ਜੇ ਤੁਹਾਡੀ ਜ਼ਮੀਰ ਜਾਗਦੀ ਹੈ ਜੀ ਔਰ ਇਹ ਉਹਨਾਂ ਦੀ ਸੇਂਗ ਬਹੁਤ ਪੌਪੂਲਰ ਹੈ ਕਿ ਭਾਈ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਪਰ ਜ਼ਮੀਰ ਦਾ ਮਰ ਜਾਣਾ ਅਸਲੀ ਮੌਤ ਹੈ ਫੇਰ ਉਹਨਾਂ ਦਾ ਕਿ ਭਾਈ ਜੇ ਮਰਨਾ ਸਿੱਖਾਂਗੇ ਤਾਂ ਹੀ ਗੁਲਾਮੀ ਦੇ ਸੰਗਲ ਕੱਟੇ ਜਾਣਗੇ ਜਿਉਣਾ ਅਣਖ ਨਾਲ ਮਰਨਾ ਪੰਥ ਲਈ ਸੋ ਅਸੀਂ ਸਮਝਦੇ ਆਂ ਵੀ ਉਹਨਾਂ ਨੇ ਇੱਕ ਰਾਦ ਸੇਰੇ ਦੇ ਤੌਰ ਤੇ ਪੰਥ ਦੇ ਸਾਹਮਣੇ ਜੋ ਖਾਲਸਾਈ ਵੈਲਿਊਸ ਹਨ ਉਹਨਾਂ ਦਾ ਸੰਤ ਸਿਪਾਈ ਰੂਪ ਸਾਖਿਆਤ ਰੂਪ ਚ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਸ 20ਵੀਂ ਸਦੀ ਦੇ ਅਖੀਰਲੇ ਦਹਾਕਿਆਂ ਦੇ ਵਿੱਚ ਚੇਤਨਾ ਪੈਦਾ ਕੀਤੀ ਜੀ ਅਸੀਂ ਉਸ ਸਾਰੇ ਦੌਰ ਨੂੰ ਅੱਜ ਵੀ ਇੱਕ ਫਖਰਯੋਗ ਦੌਰ ਸਮਝਦੇ ਹਾਂ ਔਰ ਸੰਤ ਪਿੰਡਰਾਵਾੜੇ ਹਰ ਚੜਦੇ ਸੂਰਜ ਦੇ ਨਾਲ ਇਤਿਹਾਸ ਦੇ ਹਰ ਪੰਨੇ ਤੇ ਉਹਨਾਂ ਦਾ ਕਦ ਹੋਰ ਵੱਡਾ ਹੁੰਦਾ ਜਾਂਦਾ ਸੋ ਇਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵੀ ਲਖਵਿੰਦਰ ਸਿੰਘ ਜੀ ਦਾ ਜੀ ਔਰ ਚਲਦੇ ਚਲਦੇ ਹੁਣੇ ਮੈਂ ਦੇਖ ਰਿਹਾ ਸੀ ਕਿ ਵੀ ਜ਼ੀਕਾ ਵਾਇਰਸ ਜਿਸ ਦਾ ਬਹੁਤ ਜ਼ਿਆਦਾ ਖੌਫ ਹੈ World Health Organization ਨੇ ਉਹਨੂੰ ਜਿਹੜਾ ਸਟੇਟ ਆਫ ਐਮਰਜੈਂਸੀ ਐਲਾਨੀ ਹੈ ਦੁਨੀਆ 'ਚ ਬ੍ਰਾਜ਼ੀਲ ਦੇ ਵਿੱਚ ਹਜ਼ਾਰਾਂ ਕੇਸ ਡਿਟੈਕਟ ਹੋਏ ਨੇ ਸੈਂਕੜੇ ਸਫਰ ਕਰ ਰਹੇ ਨੇ ਮੌਤਾਂ ਵੀ ਨੇ ਈਵਨ ਇਸ ਗੱਲ ਦੇ ਉੱਤੇ ਕਿ ਰਿਓ ਦੇ ਵਿੱਚ ਜਿਹੜੀ 올림픽ਸ ਹੋਣੀਆਂ ਨੇ ਹੋਣਗੀਆਂ ਕਿ ਨਹੀਂ ਹੋਣਗੀਆਂ ਇਸ ਦੇ ਉੱਤੇ ਵੀ ਚਰਚਾ ਹੈ ਜੀ ਪਰ ਪਹਿਲਾ ਕੇਸ ਜ਼ੀਕਾ ਵਾਇਰਸ ਦਾ ਸਟੇਟ ਆਫ ਟੈਕਸਸ ਦੇ ਵਿੱਚ ਡਿਟੈਕਟ ਹੋਇਆ ਹਾਲਾਂਕਿ ਬਹੁਤ ਸਾਰੇ ਹੋ ਸ਼ੁਰੂਆਤ ਐਪੀ ਸੈਂਟਰ ਜਿਹਨੂੰ ਕਹਿੰਦੇ ਨੇ ਉਹ ਬ੍ਰਾਜ਼ੀਲ ਹੈ ਜਿਹੜੇ ਲੋਕਾਂ ਨੇ ਇਸ ਤਰ੍ਹਾਂ ਟ੍ਰੈਵਲ ਕੀਤਾ ਜਾਂ ਜਿਨ੍ਹਾਂ ਨੇ ਟ੍ਰੈਵਲ ਕੀਤਾ ਉਹਨਾਂ ਦੇ ਨਾਲ ਜੀ ਜਿਨ੍ਹਾਂ ਦਾ ਆਗੋਂ ਜਿਹੜਾ ਉਹ ਸੰਪਰਕ ਹੋਇਆ ਸੋ ਅਸੀਂ ਇਹ ਜ਼ਰੂਰ ਇੱਕ ਹਦਾਇਤ ਦੇ ਤੌਰ ਤੇ ਆਪਣੇ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਬੇਨਤੀ ਕਰਾਂਗੇ ਕਿ ਇਸ ਮੁੱਦੇ ਨੂੰ ਵੀ ਗੰਭੀਰਤਾ ਨਾਲ ਲੈਣ ਜੀ ਔਰ ਜਿਹੜੀਆਂ ਵੀ ਡਿਜ਼ਾਇਰ ਇਸ ਬਾਰੇ ਬਹੁਤ ਸਾਰੇ ਹੁਣ ਵੈਬਸਾਈਟਸ ਤੇ ਔਰ ਮੀਡੀਆ ਚੈਨਲਸ ਤੋਂ ਇਸ ਬਾਰੇ ਹਦਾਇਤਾਂ ਨੇ ਔਰ ਅੱਜ ਦੇ ਸਾਡੇ ਨਿਊਜ਼ ਸੈਕਸ਼ਨ ਸੁਵੀ ਬੀ ਬੀ ਨੀਲਮ ਕੌਰ ਨੇ ਤੁਸੀਂ ਜੀ ਪੂਰੀ ਰਿਸਰਚ ਦੇ ਨਾਲ ਇਸ ਦੇ ਉੱਤੇ ਜਿਹੜਾ ਉਹ ਵਾਇਸਓਵਰ ਕੀਤਾ ਸੋ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਸੰਸਾਰ ਇੱਕ ਪਰਿਵਾਰ ਹੈ ਔਰ ਮਨੁੱਖਤਾ ਦਾ ਜਿਹੜਾ ਕਿਤੇ ਵੀ ਕੁਝ ਵਾਪਰਦਾ ਹੈ ਉਸ ਤੋਂ ਸਾਰੇ ਪ੍ਰਭਾਵਿਤ ਹੁੰਦੇ ਨੇ ਜੀ ਸੋ ਇਸ ਬਾਰੇ ਨੈਸੈਸਰੀ ਪ੍ਰੀਕਾਸ਼ਨਸ ਔਰ ਅਪਡੇਟਸ ਜਿਹੜੀਆਂ ਨਾਲ-ਨਾਲ ਨੇ ਉਹਨਾਂ ਨੂੰ ਲੈਂਦੇ ਰਹੋ ਔਰ ਸਾਰੇ ਮਹਿਫੂਜ਼ ਰੋ ਸੁਰੱਖਿਅਤ ਰੋ ਜੀਰਾ ਸਾਹਿਬ ਬਿਲਕੁਲ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅ ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5 ਦੇ ਦੋ ਸਲੋਕ ਚੁਣੇ ਨੇ ਪਹਿਲਾ ਸ਼ਲੋਕ ਹੈ ਅਜਾ ਭਗੰਤ ਕੰਦ ਮੂਲੰ ਬਸੰਤੇ ਸਮੀਪ ਕਿਹਰੈ ਤਤਰ ਗਤੇ ਸੰਸਾਰੇ ਨਾਨਕ ਸੋਗ ਹਰਖੰ ਵਿਆਪਤੇ ਜੀ ਅਜਾ ਬੱਕਰੀ ਨੂੰ ਕਹਿੰਦੇ ਨੇ ਕਿਹਰ ਸੰਸਕ੍ਰਿਤ ਦੇ ਵਿੱਚ ਸ਼ੇਰ ਨੂੰ ਕਹਿੰਦੇ ਨੇ ਇਸ ਲਈ ਕੇਰ ਸਿੰਘ ਨਾਮ ਵੀ ਰੱਖਦੇ ਸੀ ਉਹ ਲੋਕਾਂ ਨੇ ਬਗੇਲ ਸਿੰਘ ਸ਼ੇਰ ਸਿੰਘ ਨਹੀਂ ਕੇਰ ਸਿੰਘ ਵੀ ਸੀ ਜੀ ਕੇਰ ਦਾ ਮਤਲਬ ਸ਼ੇਰ ਹੈ ਗੁਰੂ ਅਰਜਨ ਸਾਹਿਬ ਇਹ ਬਿਆਨ ਕਰਦੇ ਨੇ ਕਿ ਹੁਣ ਅਜਾ ਬੱਕਰੀ ਹੈ ਉਸ ਨੂੰ ਗਾਜਰਾਂ ਬੜੀਆਂ ਪਸੰਦ ਨੇ ਦੂਸਰੇ ਪੱਤੇ ਬੜੇ ਪਸੰਦ ਨੇ ਉਹ ਇਸ ਕਿਸਮ ਦਾ ਖਾ ਕੇ ਬੜਾ ਖੁਸ਼ ਰਹਿੰਦੀ ਹੈ ਪਰ ਜਿੱਥੇ ਬੱਕਰੀ ਹੈ ਉੱਥੇ ਸ਼ੇਰ ਵੀ ਵੱਸਦਾ ਹੈ ਨਾਲ ਇਸ ਸ਼ੇਰ ਦਾ ਡਰ ਬੱਕਰੀ ਨੂੰ ਹਮੇਸ਼ਾ ਰਹਿੰਦਾ ਹੈ ਭਾਵੇਂ ਕਿ ਉਹਦੇ ਖਾਣ ਦੀਆਂ ਚੀਜ਼ਾਂ ਵੀ ਨੇ ਇੱਥੇ ਲੇਕਿਨ ਨਾਲ ਦੀ ਨਾਲ ਸ਼ੇਰ ਵੀ ਹੈ ਸ਼ੇਰ ਦਾ ਡਰ ਇਸੇ ਤਰ੍ਹਾਂ ਆ ਸੋਗ ਤੇ ਹਰਖ ਖੁਸ਼ੀ ਔਰ ਗਮੀ ਗੁਰੂ ਸਾਹਿਬ ਕਹਿੰਦੇ ਨੇ ਜਿਸ ਧਰਤੀ ਤੇ ਅਸੀਂ ਜੰਮੇ ਤੇ ਜਿੱਥੇ ਸਾਡੇ ਕੋਲ ਖੁਸ਼ੀ ਦੇ ਮੌਕੇ ਹੋਣਗੇ ਉੱਥੇ ਤਤਰ ਗਤੇ ਸੰਸਾਰੇ ਵਿੱਚ ਸੰਸਾਰ ਦੇ ਵਿੱਚ ਹਰਖ ਤੇ ਸੋਗ ਖੁਸ਼ੀ ਤੇ ਗਮੀ ਵੀ ਨਾਲ-ਨਾਲ ਰਹਿਣਗੇ ਦੂਸਰਾ ਸ਼ਲੋਕ ਹੈ ਛਲੰ ਛਦਰੰਗ कोट बिगनन अपराधं किल बिकमलंग परम मोहं मान अपमानं मंद मा, मदमाया व्यापतं मृत जन्म भ्रमंत नरकै अनेक उपावंग न सिद्धते निर्मलंग साद संगह जपंत नानक गोपाल नामं रमान्त गुण गोविंद नित प्रथय ਦੋ ਇਸ ਤੇ ਮੈਸੇਜ ਨੇ ਇੱਕ ਪਾਸੇ ਜਦੋਂ ਮਾਇਆ ਦੇ ਪ੍ਰਭਾਵ ਦੇ ਵਿੱਚ ਮਨੁੱਖੀ ਰੂਹ ਹੁੰਦੀ ਹੈ ਜੀ ਤੇ ਉਸ ਦੇ ਕੀ ਅਸਰ ਹੁੰਦੇ ਨੇ ਤੇ ਕਿਵੇਂ ਉਹਨਾਂ ਅਸਰਾਂ ਚੋਂ ਨਿਕਲਿਆ ਜਾ ਸਕਦੇ ਉਸ ਦੇ ਅਸਰ ਹੁੰਦੇ ਨੇ ਛਲਨ ਅਸੀਂ ਛਲ ਕਰਦੇ ਹਾਂ ਵਾੜ ਚਾਲ ਜਿਹਨੂੰ ਅਸੀਂ ਕਹਿੰਦੇ ਚਿਧਰੰਗ ਐਬ ਦੇਖਦੇ ਹਾਂ ਕਿਸੇ ਦੇ ਆਪ ਵੀ ਐਬ ਚ ਹੁੰਦੇ ਆ ਕੋਟ ਬਿਗਨਿੰਗ ਦੂਸਰਿਆਂ ਦੇ ਰਸਤੇ ਚ ਰੁਕਾਵਟਾਂ ਖੜੀਆਂ ਕਰਦੇ ਆ ਅਪਰਾਧਨ ਅਪਰਾਧੀ ਵਰਤੀ ਹੁੰਦੀ ਹੈ ਕਿਲੇ ਬਿਖ ਮਲੰਗ ਅਸੀਂ ਪਾਪਾਂ ਦੀ ਮੈਲ ਦੇ ਨਾਲ ਪਰ ਜਾਂਦੇ ਹਾਂ ਪਰਮ ਪਰਮ ਦੇ ਵਿੱਚ ਫਸਿਆ ਮੋਹਣ ਮੋਹ ਮਾਇਆਜ ਫਰ ਮਾਨ ਅਪਮਾਨੰ ਮਾਨ ਅਪਮਾਨ ਇਸ ਦਾ ਸ਼ਿਕਾਰ ਹੁੰਦੇ ਹਾਂ ਮੰਦ ਮਾਇਆ ਵਿਆਪਤ ਇਹ ਜਿਹੜੇ ਸਾਰੇ ਹੀ ਪ੍ਰਭਾਵ ਨੇ ਇਹ ਮਾਇਆ ਦੇ ਪ੍ਰਭਾਵ ਨੇ ਛਲ ਐਬ ਰੁਕਾਵਟਾਂ ਪਾਣੀਆਂ ਅਪਰਾਧ ਪਾਪ ਔਰ ਜਦੋਂ ਅਸੀਂ ਇਸ ਪ੍ਰਭਾਵ 'ਚ ਹੁੰਦੇ ਹਾਂ ਮ੍ਰਿਤ ਜਨਮ ਭ੍ਰਮੰਤ ਨਰਕੈ ਅਨੇਕ ਉਪਾਵੰਗਨਾ ਸਿੱਧ ਤੇ ਇਹ ਅਸੀਂ ਇਸ ਧਰਤੀ ਤੇ ਵਿਚਰ ਰਹੇ ਹੁੰਦੇ ਹਾਂ ਪਰ ਉਹ ਨਰਕ ਸਮਾਨ ਸਾਡਾ ਜੀਵਨ ਹੁੰਦਾ ਕਿਉਂਕਿ ਸਾਡੀ ਰੂਹ ਦੇ ਉੱਤੇ ਇਹ ਗੱਲਾਂ ਪ੍ਰਭਾਵਸ਼ਾਲੀ ਹੁੰਦੀਆਂ ਨੇ ਪਰ ਬਦਲਦਾ ਕਿਵੇਂ ਨਿਰਮਲੰਗ ਸਾਧ ਸੰਗਹਿ ਜਪੰਤ ਜੇ ਸਾਧ ਸੰਗਤ ਚ ਮਿਲ ਕੇ ਅਸੀਂ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਦੇ ਹਾਂ ਉਸ ਨੂੰ ਜਪਦੇ ਹਾਂ ਨਿਰਮਲੰਗ ਫਿਰ ਅਸੀਂ ਮਲ ਰਹਿਤ ਹੁੰਦੇ ਹਾਂ ਡਰਟ ਵਿਦਾਊਟ ਡਰਟ ਜੀ ਮਨ ਸਾਫ ਹੁੰਦਾ ਨਾਨਕ ਗੋਪਾਲ ਨਾਮ ਉਸ ਵਾਹਿਗੁਰੂ ਦਾ ਨਾਮ ਜਪਣ ਨਾਲ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਤੇ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਹੇ ਭਾਈ ਮਾਇਆ ਦੇ ਪ੍ਰਭਾਵ ਚੋਂ ਜੇ ਨਿਕਲਣਾ ਹੈ ਛਲ ਛਧਰ ਉਹਨਾ ਬਿਗਨਾ ਬਿਗਨਾ ਜਿਹੜੇ ਵਿਨਾਸ਼ਕਾਰੀ ਚੀਜ਼ਾਂ ਨੇ ਨਿਕਲਣਾ ਤੇ ਫਿਰ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਤੇ ਫਿਰ ਰੋਜ਼ਾਨਾ ਨਿਤਾ ਪ੍ਰਤੀ ਉਸ ਰੰਕਾਰ ਦੇ ਗੁਣ ਗਾਓ ਰੰਕਾਰ ਦੇ ਨਾਲ ਜੁੜੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨੂੰ ਆਪਣੇ ਈਵਰਸ ਕਰਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੰਨਾ ਸਾਡੇ ਸਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨ ਮੁਕਾਵਾਂਗੇ ਤਦ ਤੱਕ ਲਈ ਮੈਨੂੰ ਤੇ ਪਨਰ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ